ਦੋਸਤੋ, ਪਹਿਲਾਂ ਗੱਲ ਕਰਦੇ ਹਾਂ ਹੈਡਿੰਗ ਦੀ ਕਿ 20 ਕਿੱਲਿਆਂ ਦੇ ਵਿੱਚ ਝੋਨਾ ਲਾਇਆ ਗਿਆ ਸਿੱਧੀ ਬਿਜਾਈ ਦੇ ਨਾਲ, ਜਿਹਦੇ ਨਾਲ 2,800 ਰੁਪਇਆ ਪ੍ਰਤੀ ਕਿੱਲਾ ਦੀ ਲਵਾਈ ਦੇ ਹਿਸਾਬ ਦੇ ਨਾਲ 56,000 ਰੁਪਈਆ ਜਿਹੜਾ ਹੈਗਾ ਪਹਿਲੇ ਦਿਨ ਹੀ ਜੇਬ ਦੇ ਵਿੱਚ ਬਚਾ ਲਿਆ। ਅਤੇ ਉਹ 56,000 ਦੇ ਨਾਲ ਇਹਨਾਂ 20 ਕਿੱਲਿਆਂ ਦੇ ਸਾਰੇ ਦਾ ਸਾਰਾ ਖਰਚਾ ਜੋ ਇਹਨਾਂ ਦੇ ਉੱਤੇ ਹੋਣਾ ਉਹ ਨਿਕਲ ਜਾਂਦਾ ਹੈ। ਇਹ 126 ਝੋਨਾ ਹੈਗਾ ਜਿਹੜਾ ਕਿ 15 ਜੂਨ ਨੂੰ ਲਗਾਇਆ ਗਿਆ ਸੀਗਾ। ਇਹ ਦੇਖੋ ਕਿ ਇਸ ਦੇ ਵਿੱਚ 25 ਕਿਲੋਗ੍ਰਾਮ ਯੂਰੀਆ ਅਤੇ 7.5 ਕਿਲੋ ਜਿੰਕ ਸਲਫੇਟ ਪਾਇਆ ਗਿਆ ਹੈ। ਇਹ ਮੈਂ ਖਾਲੇ ਦੇ ਨਾਲ ਪਿਛਲੀ ਵਾਰੀ ਵੀ ਗੱਲ ਕਰ ਰਿਹਾ ਸੀਗਾ ਕਿ ਜੋ ਬੂਟੇ ਮਾੜੇ ਸੀਗੇ ਉਹਨਾਂ ਨੂੰ ਦੇਖੋ ਕਿ ਉਹ ਕਿੰਨੇ ਜ਼ਿਆਦਾ ਵਧੀਆ ਹੋ ਗਏ ਹੈ। ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਗੱਲ ਹੈ, ਮਾਫ਼ ਕਰਨਾ, ਇੱਕ ਖੇਤ ਹੈ ਜਿਹਨੂੰ ਮੈਂ ਗੱਲ ਕਰਦਾ ਸੀ, ਕਰੰਟ ਹੋ ਗਿਆ ਸੀਗਾ। 75 ਕਿਲੋਗ੍ਰਾਮ ਯੂਰੀਆ ਅਤੇ 7.5 ਕਿਲੋਗ੍ਰਾਮ 33% ਜਿੰਕ, ਮੋਨੋਹਾਈਡ੍ਰੇਟ ਜਿੰਕ ਪਾਈ ਗਈ ਹੈ। ਹਾਂ, ਹੁਣ ਮੈਂ ਕਹਿਣਾ ਚਾਹੁੰਦਾ ਹੈ ਕਿ ਆਮ ਸਾਰੇ ਖੇਤ ਪੀਲੇ ਪੈ ਗਏ, ਜਿੰਕ ਦੀ ਘਾਟ ਆ ਗਈ, ਹੋਰ ਦਿੱਕਤਾਂ ਆ ਗਈਆਂ, ਜੜ੍ਹਾਂ ਕਾਲੀਆਂ ਹੋ ਗਈਆਂ। ਇਹਨਾਂ ਖੇਤਾਂ ਦੇ ਵਿੱਚ ਕੋਈ ਜੜ੍ਹ ਕਾਲੀ ਨਹੀਂ ਹੋਈ। ਇਹ ਜੋ ਖੇਤ ਤੁਸੀਂ ਦੇਖ ਰਹੇ ਹੋ ਵਿੱਚ 6-6 ਇੰਚ ਮਿੱਟੀ ਚੱਕੀ ਗਈ ਹੈ, ਉਹਦੇ ਬਾਵਜੂਦ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ। ਸ਼ੁਰੂਆਤੀ ਵੀਡੀਓ 'ਚ ਲੱਗਦਾ ਸੀਗਾ ਕਿ ਝੋਨਾ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਇਸ ਟਾਈਮ ਦੇਖੋ ਕਿ ਪੂਰੇ ਦਾ ਪੂਰਾ ਖੇਤ ਜ਼ਮੀਨ ਨੂੰ ਲੁਕੋ ਚੁੱਕਾ ਹੈਗਾ ਅਤੇ ਮੈਨੂੰ ਨਹੀਂ ਜ਼ਰੂਰਤ ਕਿ ਇਹਦੀ ਹੋਰ ਫੋਟੋ ਹੋਵੇ। ਧੰਨਵਾਦ ਦੋਸਤੋ।